ਸਰ ਅੰਮ੍ਰਿਤਪਾਲ ਵੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ, ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਚੋਣ ਲੜਨ ਦੇ ਫੈਸਲੇ ਨੂੰ ਦੇਖਦੇ ਹੋ? ਕਿਉਂਕਿ 1989 'ਚ ਤੁਸੀਂ ਵੀ ਜੇਲ੍ਹ ਤੋਂ ਚੋਣ ਲੜੀ ਸੀ, ਤਾਂ ਬਿਲਕੁਲ ਉਹਨਾਂ ਦੀ ਗੱਲ ਕਰਦੇ ਹੋ ਅਤੇ ਸਮਰਥਨ ਤਾਂ ਰਹੇਗਾ, ਅਸੀਂ ਇਹ ਮੰਨੀਏ ਕਿ ਅਜੇ ਨਹੀਂ ਤਾਂ ਤੁਹਾਡੀ ਪਾਰਟੀ ਇਸ 'ਤੇ ਵਿਚਾਰ ਕਰੇਗੀ, ਕੋਈ ਮੀਟਿੰਗ ਹੋਵੇਗੀ ਕਿ ਹਾਂ ਸਮਰਥਨ ਦੇਣਾ ਹੈ ਜਾਂ ਨਹੀਂ, ਇਸ 'ਤੇ ਥੋੜ੍ਹਾ ਸ਼ਸ਼ੋਪੰਜ ਰਹੇਗਾ? ਬਿਲਕੁਲ ਇਹ ਗੱਲ ਹੋਊਗੀ। ਮੂਸੇਵਾਲਾ ਦਾ ਪਰਿਵਾਰ ਕੀ ਤੁਹਾਡੇ ਲਈ ਪ੍ਰਚਾਰ ਕਰਨ ਇੱਥੇ ਆਏਗਾ? ਕਿ ਤੁਸੀਂ ਉਹਨਾਂ ਦੇ ਬੇਟੇ ਦੀ ਗੱਲ ਕਰਦੇ ਹੋ, ਇਨਸਾਫ ਦੀ ਗੱਲ ਕਰਦੇ ਹੋ, ਕਿ ਉਹ ਤੁਹਾਡੇ ਨਾਲ ਮਤਲਬ ਸਹਿਮਤ ਹੈ, ਤੁਹਾਡੇ 'ਤੇ ਵਿਸ਼ਵਾਸ ਕਰਦਾ ਉਹ ਪਰਿਵਾਰ? ਉਹਨਾਂ ਨੂੰ ਲੱਗਦਾ ਕਿ ਹਾਂ ਤੁਸੀਂ ਇਸ ਮੁੱਦੇ ਨੂੰ ਸੰਜੀਦਗੀ ਨਾਲ ਇਹਨਾਂ 2 ਸਾਲਾਂ 'ਚ ਚੁੱਕਿਆ ਅਤੇ ਅੱਗੇ ਵੀ ਤੁਹਾਡੇ 'ਤੇ ਵਿਸ਼ਵਾਸ ਕਰਦੇ ਨੇ ਕਿ ਹਾਂ ਤੁਹਾਡੇ ਲਈ ਤੁਹਾਡੇ ਹੱਕ ਦੇ ਵਿੱਚ ਪ੍ਰਚਾਰ ਕਰਨ ਵੀ ਆਉਣਗੇ, ਐਸਾ ਕੁਛ ਹੈ? ਜੇ ਬੀਬੀ ਜੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਤਾ, ਹੁਣ ਇਦੋਂ ਉੱਚਾ ਫੋਰਮ ਤਾਂ ਮੇਰੇ ਕੋਲ ਹੈ ਨਹੀਂਗਾ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। 2 ਦਹਾਕੇ ਬਾਅਦ ਇਹਨਾਂ ਦੀ ਵੱਡੀ ਜਿੱਤ ਹੋਈ, ਸੰਗਰੂਰ ਤੋਂ ਇਹ ਸਾਂਸਦ ਬਣੇ ਅਤੇ ਹੁਣ 80 ਸਾਲ ਦੀ ਉਮਰ 'ਚ ਇੱਕ ਵਾਰ ਮੁੜ ਤੋਂ ਮੈਦਾਨ 'ਚ ਨੇ। ਅਸੀਂ ਗੱਲ ਕਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਦੀ, ਅਤੇ ਇਸ ਵਾਰ ਸੰਗਰੂਰ ਦੀ ਹਵਾ ਕੀ ਕੁਛ ਕਹਿ ਰਹੀ ਹੈ ਇਹਨਾਂ ਕੋਲੋਂ ਹੀ ਜਾਣਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਤੱਕ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡਮ, ਥੈਂਕ ਯੂ ਵੈਰੀ ਮੱਚ। ਕੀ ਹਵਾ ਕੀ ਕਹਿ ਰਹੀ ਹੈ ਇਸ ਵਾਰ? 2022 'ਚ ਤਾਂ ਤੁਹਾਡੀ ਜਿੱਤ ਨੇ ਕਈਆਂ ਨੂੰ ਚੌਂਕਾ ਦਿੱਤਾ, ਕਈ ਕਹਿੰਦੇ ਕਿ ਜਜ਼ਬਾਤੀ ਵੋਟ ਤੁਸੀਂ ਲੈ ਗਏ ਜੋ ਇਸ ਵਾਰ ਨਹੀਂ ਪਊਗੀ, ਪਰ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਡਾ ਅਨਾਲਿਸਿਸ ਕੀ ਕਹਿ ਰਿਹਾ? ਹਾਂ, ਜਦੋਂ ਮੈਂ ਜਿੱਤਦਾ ਜੀ ਇਹ, ਫਿਰ ਲੋਕ ਕਹਿੰਦੇ ਆ ਇਹਦੇ ਪੱਲੇ ਤਾਂ ਕੁਛ ਹੈ ਨਹੀਂਗਾ, ਕੋਈ ਜਜ਼ਬਾਤੀ ਜਿਹੜੇ ਬੰਦੇ ਹੁੰਦੇ ਉਹ ਇਹਨੂੰ ਵੋਟ ਦੇ ਦਿੰਦੇ ਆ, ਪਰ ਇਹਦੇ ਪੱਲੇ ਕੱਖ ਨਹੀਂ ਹੈ। ਹੁਣ ਬਾਕੀ ਤੁਸੀਂ ਐਡੇ ਵੱਡੇ ਜਰਨਲਿਸਟ ਹੋ, ਇਹ ਤੁਸੀਂ ਦੇਖੋਗੇ ਕਿ ਉਹਨਾਂ ਦੀ ਗੱਲ ਠੀਕ ਹੈ ਕਿ ਨਹੀਂ ਹੈ, ਕਿ ਮੇਰੇ ਪੱਲੇ ਕੁਛ ਹੈਗਾ ਕਿ ਨਹੀਂ ਹੈ, ਇਹ ਤਾਂ ਤੁਸੀਂ ਦੱਸ ਸਕਦੇ ਹੋ। ਲੋਕ ਤੁਹਾਨੂੰ ਕੀ ਕਹਿ ਰਹੇ ਨੇ ਇਸ ਵਾਰ, ਜਿਤਾ ਰਹੇ ਨੇ ਫਿਰ ਤੋਂ 2024 'ਚ ਫਿਰ ਤੁਹਾਨੂੰ ਸਾਂਸਦ ਬਣਾ ਰਹੇ ਨੇ? ਚੀਜ਼ ਜਜ਼ਬਾਤੀ ਚੀਜ਼ ਹਰੇਕ ਮੈਨੂੰ ਜਰਨਲਿਸਟ ਆ ਕੇ ਕਹਿ ਦਿੰਦਾ ਕਿ ਨਹੀਂ ਸਰ, ਸੰਗਰੂਰ ਦੇ ਜਿਹੜੇ ਵੋਟਰ ਨੇ ਉਹ ਜਜ਼ਬਾਤੀ ਨੇ। 2014-2019 ਦੀ ਵੀ ਲੋਕ ਸਭਾ ਚੋਣ ਅਸੀਂ ਦੇਖੀ, ਆਮ ਆਦਮੀ ਪਾਰਟੀ ਦੀ ਲਹਿਰ ਅਗਰ ਪੂਰੇ ਦੇਸ਼ 'ਚ ਚੱਲਦੀ ਹੈ ਤਾਂ ਪੰਜਾਬ 'ਚ 4 ਸੀਟਾਂ ਆਉਂਦੀਆਂ ਨੇ ਅਤੇ ਸੰਗਰੂਰ ਉਹਨਾਂ ਵਿੱਚੋਂ ਇੱਕ ਸੀ। 2019 'ਚ ਪੂਰੇ ਦੇਸ਼ 'ਚੋਂ ਆਮ ਆਦਮੀ ਪਾਰਟੀ ਦੀ 1 ਸੀਟ ਆਈ ਅਤੇ ਉਹ ਸੰਗਰੂਰ ਸੀ, ਅਤੇ 2022 'ਚ ਜਦੋਂ ਜ਼ਿਮਨੀ ਚੋਣ ਹੋਈ ਅਤੇ ਉਦੋਂ ਪਾਸਾ ਪੂਰਾ ਪਲਟ ਗਿਆ। ਵਿਧਾਨ ਸਭਾ ਦੀ ਮੈਂ ਗੱਲ ਕਰਾਂ, 9 ਵਿਧਾਨ ਸਭਾ ਹਲਕੇ ਨੇ ਸੰਗਰੂਰ ਲੋਕ ਸਭਾ ਸੀਟ 'ਚ, 9 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਅਤੇ ਫਿਰ ਇੱਕਦਮ ਮੁੜ ਲੋਕਾਂ ਦੇ ਜਜ਼ਬਾਤ ਬਦਲੇ। ਹਾਂ, ਫਿਰ ਮੈਂ ਜਿੱਤ ਗਿਆ ਮੈਡਮ। ਇਹ ਹੁਣ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਅਕਾਲੀ ਦਲ ਅੰਮ੍ਰਿਤਸਰ, ਜਿਸ ਨੇ ਪਿਛਲੇ 40 ਸਾਲਾਂ ਤੋਂ ਸਿੱਖ ਕੌਮ ਦੇ ਲਈ ਜੱਦੋ ਜਹਿਦ ਕੀਤੀ ਹੈ, ਅਸੀਂ ਪਾਰਲੀਮੈਂਟ ਦੇ ਵਿੱਚ ਆਪਣੇ ਨੁਮਾਇੰਦੇ ਪਹੁੰਚਾ ਸਕਾਂਗੇ, ਅਤੇ ਅੱਖ ਨਾਲ ਅੱਖ ਪਾ ਕੇ ਹੁਕਮਰਾਨਾਂ ਦੇ ਨਾਲ ਗੱਲ ਕਰ ਸਕਾਂਗੇ, ਅਤੇ ਇਸੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਆਪਣੇ ਉਮੀਦਵਾਰ ਉਤਾਰ ਦਿੱਤੇ ਆ। ਅਤੇ ਪੰਜਾਬ 'ਚੋਂ ਜਿਵੇਂ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ 13 ਸੀਟਾਂ ਆ ਰਹੀਆਂ ਨੇ, ਅਤੇ ਤੁਹਾਡਾ ਕੁਛ ਇਸ ਤਰ੍ਹਾਂ ਦਾ ਦਾਅਵਾ, ਕੁਛ ਤੁਹਾਡਾ ਆਂਕਲਣ? ਨਹੀਂ, ਮੈਂ ਹਵਾ 'ਚ ਤਲਵਾਰ ਨਹੀਂ ਕਦੇ ਮਾਰੀ ਹੈ ਬੀਬੀ ਜੀ। ਮੈਂ ਇਹ ਤਾਂ ਆਮ ਪਾਰਟੀ ਨੂੰ ਪੁੱਛੋ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ। ਅਤੇ ਇੱਥੇ ਸੁਖਪਾਲ ਸਿੰਘ ਖਹਿਰਾ, ਗੁਰਮੀਤ ਸਿੰਘ ਮੀਥੇਅਰ, ਤੁਹਾਨੂੰ ਕਿੰਨੀ ਵੱਡੀ ਟੱਕਰ ਦੇ ਰਹੇ ਨੇ? ਮੈਡਮ, ਇਹ ਜੇ ਮੇਰੀ ਮਜਬੂਰੀ ਹੈ ਕਿ ਮੈਨੂੰ ਲੜਨਾ ਪੈ ਰਿਹਾ, ਜੇ ਮੋਦੀ ਸਾਹਿਬ ਆ ਜਾਣ ਜਾਂ ਸੋਨੀਆ ਜੀ ਆ ਜਾਣ ਤਾਂ ਵੀ ਮੈਂ ਮੈਦਾਨ ਦੇ ਵਿੱਚ ਰਹੂੰਗਾ। ਅਤੇ ਤੁਸੀਂ ਇਹ ਗੱਲ ਵੀ ਕਹੀ ਸੀ ਕਿ ਉਹ ਤਾਂ ਡੱਡੂ ਨੇ, ਜਦੋਂ ਇਹ ਸਵਾਲ ਤੁਹਾਡੇ ਤੋਂ ਪਹਿਲਾਂ ਹੋਇਆ ਸੀ, ਮੈਨੂੰ ਕਿਹਾ ਸੀਗਾ
ਤੁਸੀਂ ਜਦੋਂ ਤੁਹਾਡੇ ਕੋਲ ਮੁਕਾਬਲੇ ਬਾਰੇ ਗੱਲ ਹੋਈ ਸੀ, ਤੁਸੀਂ ਕਿਹਾ ਸੀ ਕਿ ਮੇਰਾ ਮੁਕਾਬਲਾ ਤਾਂ ਮੋਦੀ ਜੀ ਨਾਲ ਅਤੇ ਸੋਨੀਆ ਗਾਂਧੀ ਜੀ ਦੇ ਨਾਲ ਹੈ, ਅਤੇ ਮੀਤ ਹੇਅਰ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਤੁਹਾਨੂੰ ਤਾਂ ਪਤਾ ਹੈ ਕਿ ਉਹ ਕਿੱਥੋਂ ਲੜ ਰਹੇ ਨੇ, ਫਿਰ ਤੁਸੀਂ ਸੰਗਰੂਰ ਤੋਂ ਕਿਉਂ ਲੜਦੇ ਪਏ ਹੋ, ਤੁਸੀਂ ਉਹਨਾਂ ਦੇ ਹਲਕਿਆਂ 'ਚ ਚਲ ਜਾਓ। ਨਾ, ਮੈਂ ਤਾਂ ਤੁਹਾਡਾ ਜਵਾਬ ਦਿੱਤਾ, ਤੁਸੀਂ ਕਹਿੰਦੇ ਹੋ ਕਿ ਆਹ ਫਲਾਣਾ ਦਿਓ ਆ ਗਿਆ, ਫਲਾਣਾ ਦਿਓ ਆ ਗਿਆ। ਮੈਂ ਤੁਹਾਡਾ ਜਵਾਬ ਦਿੱਤਾ ਜੇ ਮੋਦੀ ਆ ਜਾਵੇ ਜਾਂ ਸੋਨੀਆ ਆ ਜਾਵੇ, ਮੈਨੂੰ ਤਾਂ ਲੜਨਾ ਪੈਣਾ, ਅਤੇ ਮੈਂ ਲੜ ਰਿਹਾ। ਟੱਕਰ ਦੇ ਰਹੇ ਨੇ ਸੁਖਪਾਲ ਸਿੰਘ ਖਹਿਰਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਮੁੱਦੇ ਚੁੱਕ ਰਹੇ ਨੇ, ਜਿੰਨਾ ਮੁੱਦਿਆਂ 'ਤੇ ਤੁਸੀਂ 2022 ਦੀ ਜ਼ਿਮਨੀ ਚੋਣ ਲੜੀ, ਉਹਨਾਂ ਮੁੱਦਿਆਂ ਨੂੰ ਖੂਬ ਖੂਬ ਉਹ ਚੁੱਕ ਰਹੇ ਨੇ, 4 ਮੁੱਦੇ ਉਹਨਾਂ ਨੇ ਹੋਰ ਐਡ ਕਰ ਦਿੱਤੇ ਜਿੰਨਾ ਮੁੱਦਿਆਂ 'ਤੇ ਤੁਸੀਂ ਪ੍ਰਚਾਰ ਕਰ ਰਹੇ ਹੋ। ਸੋ ਕਿਵੇਂ ਦੇਖਦੇ ਹੋ, ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਸਵਾਲ ਕੀਤੇ ਕਿ ਅਗਰ ਤੁਹਾਡੇ ਮੁੱਦੇ ਸੇਮ ਨੇ ਤਾਂ ਫਿਰ ਤੁਸੀਂ ਕਿਉਂ ਨਹੀਂ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਦੇ, ਉਹਨਾਂ ਨੂੰ ਕਿਉਂ ਨਹੀਂ ਸਮਰਥਨ ਦਿੰਦੇ, ਤੁਸੀਂ ਇਸ 'ਤੇ ਕੀ ਕਹੋਗੇ? ਸੁਖਪਾਲ ਸਿੰਘ ਖਹਿਰਾ ਨਾਲ ਤੁਹਾਡੀ ਗੱਲ ਹੋਈ ਜਦੋਂ ਉਮੀਦਵਾਰ ਬਣੇ, ਕਿਉਂਕਿ ਖਹਿਰਾ ਤਾਂ ਤੁਹਾਨੂੰ ਪਹਿਲਾਂ ਸਪੋਰਟ ਕਰਦੇ ਸੀ, ਅਚਾਨਕ ਹੁਣ ਉਮੀਦਵਾਰ ਬਣ ਕੇ ਤੁਹਾਡੇ ਸਾਹਮਣੇ ਖੜ੍ਹੇ ਨੇ, ਤੁਹਾਡੀ ਗੱਲਬਾਤ ਹੋਈ ਇਸ 'ਤੇ ਕੁਛ? ਮੈਂ ਬੀਬੀ ਜੀ, ਇਹ ਆਪਣੇ ਵਿਰੋਧੀਆਂ ਦੇ ਖਿਲਾਫ ਕਦੇ ਗੱਲ ਨਹੀਂ ਕਰਦਾ ਹੁੰਦਾ, ਕੋਈ ਬਿਆਨ ਨਹੀਂ, ਕੋਈ ਗੁਰਮੀਤ ਸਿੰਘ ਮੀਥਰ ਤੇ ਕੁਛ ਨਹੀਂ ਤੁਸੀਂ ਕਹੋਗੇ ਕਿਵੇਂ ਦੀ ਟੱਕਰ ਦੇ ਰਹੇ ਨੇ? ਮੈਂ ਵਿਰੋਧੀ ਦੇ ਖਿਲਾਫ ਬਿਆਨ ਅੱਜ ਤੱਕ ਨਹੀਂ ਦਿੱਤਾ ਹੈਗਾ। ਪਰ ਵਿਰੋਧੀ ਤਾਂ ਤੁਹਾਡੇ ਸਵਾਲ ਕਰਦੇ ਨੇ, ਗੁਰਮੀਤ ਸਿੰਘ ਮੀਥਰ ਕਹਿੰਦੇ ਨੇ ਕਿ ਤੁਸੀਂ ਸੰਸਦ 'ਚੋਂ ਸੁੱਚੇ ਮੂੰਹ ਵਾਪਸ ਆ ਗਏ ਹੋ, ਤੁਹਾਡੇ ਨਾਨਾ ਜੀ ਦਾ ਸਵਾਲ ਉਹ ਚੁੱਕਦੇ ਨੇ ਕਿ ਉਹਨਾਂ ਨੇ ਜਨਰਲ ਡਾਇਰ ਨੂੰ ਸਰੋਪਾ ਭੇਟ ਕੀਤਾ ਜਦੋਂ ਜਲਿਆਂਵਾਲਾ ਬਾਗ ਵਾਲਾ ਇਸਾਕਾ ਹੋਇਆ, ਇਹ ਤਮਾਮ ਸਵਾਲ ਤੁਹਾਡੇ 'ਤੇ ਚੁੱਕੇ ਜਾ ਰਹੇ ਨੇ। ਕੋਈ ਨਹੀਂ, ਫਿਰ ਉਹਨਾਂ ਨੂੰ ਚੱਕਣ ਦਿਓ ਜਿਹੜੇ ਚੱਕਦੇ ਹੈ, ਅਤੇ ਇਹ ਤਾਂ 1 ਤਰੀਕ ਨੂੰ ਜਦੋਂ ਵੋਟ ਗਿਣੇ ਜਾਣਗੇ ਅਤੇ EVM ਮਸ਼ੀਨਾਂ ਸੱਚ ਨਾਲ ਗਿਣਤੀ ਕਰਨਗੀਆਂ, ਉਦਣ ਪਤਾ ਲੱਗ ਜੂਗਾ। ਚਲੋ, ਬਹੁਤ ਵਧੀਆ ਸਟਰੈਟੇਜੀ ਨਾਲ ਤੁਸੀਂ ਚੱਲ ਰਹੇ ਹੋ ਕਿ ਵਿਰੋਧੀਆਂ 'ਤੇ ਕੋਈ ਜਵਾਬ ਨਹੀਂ ਦੇਣਾ, ਅਤੇ ਲੋਕਾਂ 'ਚ ਤੁਸੀਂ ਲਗਾਤਾਰ ਮਿਲ ਰਹੇ ਹੋ, ਉਹਨਾਂ ਨੂੰ ਲੋਕਾਂ ਦੇ ਵਿਚਕਾਰ ਜਾ ਰਹੇ ਹੋ, ਅਤੇ ਅਸੀਂ ਦੇਖਿਆ ਕਿ ਵੱਡਾ ਇਕੱਠ ਵੀ ਹੁੰਦਾ ਹੈ ਤੁਹਾਡਾ ਪਿੰਡਾਂ ਦੇ ਵਿੱਚ, ਜਿੱਥੇ ਵੀ ਤੁਸੀਂ ਜਾਂਦੇ ਹੋ ਉਹ ਇਕੱਠ ਵੀ ਕਾਫੀ ਕੁਛ ਕਹਿ ਰਿਹਾ ਹੈ। ਹੁਣ ਤੁਸੀਂ ਵਿਰੋਧੀਆਂ 'ਤੇ ਨਾ ਕਹੋ, ਪਰ ਵਿਰੋਧੀ ਤੁਹਾਨੂੰ ਰੇਸ 'ਚ ਤਾਂ ਮੰਨ ਰਹੇ ਨੇ, ਅੰਦਰ ਖਾਤੇ ਤੁਹਾਡੀ ਗੱਲ ਪੂਰੀ ਚੱਲ ਰਹੀ ਹੈ ਕਿ ਹਾਂ ਸਿਮਰਨਜੀਤ ਸਿੰਘ ਮਾਨ ਨਾਲ ਮੁੱਖ ਮੁਕਾਬਲਾ ਹੈ। ਠੀਕ ਹੈ ਸਰ, 2022 'ਚ ਤੁਸੀਂ ਜਦੋਂ ਜ਼ਿਮਨੀ ਚੋਣ ਲੜੀ, ਤੁਸੀਂ ਸਿੱਧੂ ਮੂਸੇਵਾਲਾ ਦੇ ਇਨਸਾਫ ਦਾ ਮੁੱਦਾ ਵੀ ਚੁੱਕਿਆ, ਉਹ ਮੁੱਦਾ ਹੁਣ ਤੱਕ ਕਿੱਥੋਂ ਤੱਕ ਪਹੁੰਚਿਆ? ਹੁਣ ਵੀ ਤੁਸੀਂ ਉਸਦਾ ਜ਼ਿਕਰ ਕਰਦੇ ਹੋਵੋਗੇ ਆਪਣੇ ਪ੍ਰਚਾਰ ਦੌਰਾਨ, ਅਤੇ ਕਿੱਥੋਂ ਤੱਕ ਪਹੁੰਚਿਆ? ਹਾਂ ਮੈਡਮ, ਮੈਂ ਬਹੁਤ ਫਿਕਰਮੰਦ ਹੈ ਕਿ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਦੀਪ ਸਿੰਘ ਸਿੱਧੂ ਨੂੰ ਵੀ ਮਾਰਿਆ ਗਿਆ ਗਵਰਨਮੈਂਟ ਆਫ ਇੰਡੀਆ ਨੇ, ਜਿਹੜੀ ਨਵੀਂ ਪੋਲਿਸੀ ਮੋਦੀ ਸਾਹਿਬ ਨੇ, ਸ਼ਾਹ ਜੀ ਨੇ, ਜੈਸ਼ੰਕਰ ਜੀ ਨੇ ਅਤੇ ਡੋਇਲ ਨੇ ਬਣਾਈ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਜਾਂ ਖਾਲਿਸਤਾਨ ਦੀ ਗੱਲ ਕਰਦੇ ਹੈ, ਉਹ ਇੰਡੀਆ 'ਚ ਵੀ ਹੋਣ, ਬਾਹਰ ਦੇ ਮੁਲਕਾਂ 'ਚ ਵੀ ਹੋਣ, ਉਹਨਾਂ ਨੂੰ ਅਸੀਂ ਮਾਰ ਦੇਣਾ। ਅਤੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਇਹ ਹਰਦੀਪ ਸਿੰਘ ਨਿੱਜਰ ਨੂੰ ਮਰਵਾ ਦਿੱਤਾ, ਮਲਿਕ ਨੂੰ ਮਰਵਾ ਦਿੱਤਾ, ਸੁਖਦੂਲ ਸਿੰਘ ਨੂੰ ਮਰਵਾ ਦਿੱਤਾ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਰਵਾ ਦਿੱਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ, ਰੋਡੇ ਨੂੰ ਮਰਵਾ ਦਿੱਤਾ, ਅਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ, ਇਹ ਇੰਟਰਨੈਸ਼ਨਲ, ਅਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ, ਇਹ ਇੰਟਰਨੈਸ਼ਨਲ ਕੁਐਸਚਨ ਬਣ ਚੁੱਕੇ ਹੈ। ਅਤੇ ਬਿਲਕੁਲ, ਮੂਸੇਵਾਲਾ ਦਾ ਪਰਿਵਾਰ ਕੀ ਤੁਹਾਡੇ ਲਈ ਪ੍ਰਚਾਰ ਕਰਨ ਇੱਥੇ ਆਏਗਾ? ਕੀ ਤੁਸੀਂ ਉਹਨਾਂ ਦੇ ਬੇਟੇ ਦੀ ਗੱਲ ਕਰਦੇ ਹੋ, ਇਨਸਾਫ ਦੀ ਗੱਲ ਕਰਦੇ ਹੋ, ਕੀ ਉਹ ਤੁਹਾਡੇ ਨਾਲ ਮਤਲਬ ਸਹਿਮਤ ਹੈ, ਤੁਹਾਡੇ 'ਤੇ ਵਿਸ਼ਵਾਸ ਕਰਦਾ ਉਹ ਪਰਿਵਾਰ? ਉਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਕੋਰਸਪੋਂਡੈਂਸ ਨੂੰ।
ਸਾਰਾ ਕੁਛ ਕਰਦਾ ਪਰ ਉਹਨਾਂ ਦੇ ਦਿਲ ਦੇ ਵਿੱਚ ਨਹੀਂ, ਜਿਵੇਂ ਤੁਸੀਂ ਵਿਚਰਦੇ ਹੋ ਇਸ ਮੁੱਦੇ ਨੂੰ ਲੈ ਕੇ, ਮੇਰਾ ਬਸ ਇਹੀ ਸਵਾਲ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਤੁਸੀਂ ਇਸ ਮੁੱਦੇ ਨੂੰ ਸੰਜੀਦਗੀ ਨਾਲ ਇਹਨਾਂ 2 ਸਾਲਾਂ 'ਚ ਚੁੱਕਿਆ ਅਤੇ ਅੱਗੇ ਵੀ ਤੁਹਾਡੇ 'ਤੇ ਵਿਸ਼ਵਾਸ ਕਰਦੇ ਨੇ ਕਿ ਹਾਂ ਤੁਹਾਡੇ ਲਈ ਤੁਹਾਡੇ ਹੱਕ ਦੇ ਵਿੱਚ ਪ੍ਰਚਾਰ ਕਰਨ ਵੀ ਆਉਣਗੇ, ਐਸਾ ਕੁਛ ਹੈ? ਜੇ ਬੀਬੀ ਜੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾ ਤਾ, ਹੁਣ ਇਦੋਂ ਉੱਚਾ ਫੋਰਮ ਤਾਂ ਮੇਰੇ ਕੋਲ ਹੈ ਨਹੀਂ ਗਾ। ਸਰ ਅੰਮ੍ਰਿਤਪਾਲ ਵੀ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ, ਹਾਂਜੀ, ਅਤੇ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਕਿ ਆਪਣਾ ਤੁਸੀਂ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਚੋਣ ਲੜਨ ਦੇ ਫੈਸਲੇ ਨੂੰ ਦੇਖਦੇ ਹੋ, ਕਿਉਂਕਿ 1989 'ਚ ਤੁਸੀਂ ਵੀ ਜੇਲ੍ਹ ਤੋਂ ਚੋਣ ਲੜੀ ਸੀ, ਵੱਡੀ ਜਿੱਤ ਤੁਹਾਨੂੰ ਮਿਲੀ ਸੀ, ਅਤੇ ਡਿਬਰੂਗੜ੍ਹ ਜੇਲ੍ਹ ਤੋਂ ਹੁਣ ਅੰਮ੍ਰਿਤਪਾਲ ਦੇ ਚੋਣ ਲੜਨ ਦਾ ਐਲਾਨ, ਕਿਵੇਂ ਦੇਖਦੇ ਹੋ ਤੁਸੀਂ? ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਮਿਲਣ ਦੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਤੌਰ 'ਤੇ ਰਿਕੁਐਸਟ ਕੀਤੀ ਹੈ 2 ਵਾਰੀ, ਪਰ ਮੈਨੂੰ ਇਜਾਜ਼ਤ ਨਹੀਂ ਦੇ ਰਹੇ ਕਿ ਉਹਨਾਂ ਨੂੰ ਮੈਂ ਮਿਲਾਂ, ਅਤੇ ਬਾਕੀ ਦੇ ਵਾਰਸ ਪੰਜਾਬ ਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਮਿਲਾਂ, ਅਤੇ ਜਿੰਨਾ ਚਿਰ ਮੈਂ ਉਹਨਾਂ ਨੂੰ ਮਿਲਦਾ ਨਹੀਂ ਉਨਾ ਚਿਰ ਮੈਂ ਅੱਗੇ ਕੁਛ ਨਹੀਂ ਕਹਿ ਸਕਦਾ, ਕਿਉਂ ਕਰਕੇ ਇਹ ਬੜਾ ਸੰਜੀਦਗੀ ਦਾ ਮੁੱਦਾ ਹੈਗਾ ਅਤੇ ਇਹ ਮਿਲ ਕੇ ਗੱਲ ਹੋ ਸਕਦੀ ਹੈ। ਅਤੇ ਖਡੂਰ ਸਾਹਿਬ ਤੋਂ ਅਗਰ ਉਹ ਚੋਣ ਲੜਨਗੇ, ਤੁਸੀਂ ਆਪਣਾ ਸਮਰਥਨ ਦੇਵੋਗੇ? ਕਿਉਂਕਿ ਇਹ ਸਵਾਲ ਤਾਂ ਹੈ, ਉਹਨਾਂ ਦੇ ਪਰਿਵਾਰ ਵੱਲੋਂ ਇਹ ਕਨਫਰਮ ਕੀਤਾ ਗਿਆ ਕਿ ਹਾਂਜੀ ਉਹ ਚੋਣ ਲੜ ਰਹੇ ਨੇ, ਉਹਨਾਂ ਦੀ ਮਾਸੀ ਨੇ, ਅਜੇ ਤੱਕ ਉਹਨਾਂ ਦੀ ਮਾਸੀ ਵੱਲੋਂ ਇਹ ਬਿਆਨ ਆਇਆ ਹੈ, ਅਜੇ ਤਾਜ਼ਾ ਬਿਆਨ, ਸਾਡੇ ਜੋ ਰਿਪੋਰਟਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਸੋ ਉਹਨਾਂ ਦੀ ਮਾਸੀ ਨੇ ਕਨਫਰਮ ਕੀਤਾ, ਤਾਂ ਕਿ ਤੁਸੀਂ ਉਹਨਾਂ ਨੂੰ ਆਪਣਾ ਸਮਰਥਨ ਦੇਵੋਗੇ ਖਡੂਰ ਸਾਹਿਬ ਤੋਂ ਜੇ ਚੋਣ ਲੜਦੇ ਨੇ? ਜਦੋਂ ਮਾਸੀ ਜੀ ਮੇਰੇ ਨਾਲ ਗੱਲ ਕਰਨਗੇ ਉਹਨਾਂ ਦਾ ਜਵਾਬ ਦਿੱਤਾ ਜਾਊਗਾ, ਅਤੇ ਹੇਅਰਸੇ ਦੇ ਉੱਤੇ ਇਫ ਦੇ ਉੱਤੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ, ਬਿਕੋਜ਼ ਇਫ ਇਜ਼ ਵੈਰੀ ਸਟਿਫ ਔਨ ਦਾ ਐਜ ਆਫ ਅ ਕਲਿਫ, ਅਤੇ ਇਹਦਾ ਜਵਾਬ ਇਫ ਦਾ ਨਹੀਂ ਦਿੱਤਾ ਜਾਂਦਾ। ਨਹੀਂ ਪਰ ਤੁਸੀਂ ਤਾਂ ਬਿਲਕੁਲ ਉਹਨਾਂ ਦੀ ਗੱਲ ਕਰਦੇ ਹੋ, ਅਤੇ ਸਮਰਥਨ ਤਾਂ ਰਹੇਗਾ, ਅਸੀਂ ਇਹ ਮੰਨੀਏ ਕਿ ਅਜੇ ਨਹੀਂ ਤੂੰ ਤੁਹਾਡੀ ਪਾਰਟੀ ਇਸ 'ਤੇ ਵਿਚਾਰ ਕਰੇਗੀ, ਕੋਈ ਮੀਟਿੰਗ ਹੋਵੇਗੀ ਕਿ ਹਾਂ ਸਮਰਥਨ ਦੇਣਾ ਹੈ ਜਾਂ ਨਹੀਂ, ਇਸ 'ਤੇ ਥੋੜ੍ਹਾ ਸ਼ਸ਼ੋਪੰਜ ਰਹੇਗਾ? ਬਿਲਕੁਲ ਇਹ ਗੱਲ ਹੋਊਗੀ ਜੀ। ਠੀਕ ਹੈ, ਅਤੇ ਜੇਲ੍ਹ ਤੋਂ ਚੋਣ ਲੜਨ 'ਚ ਸਰ ਆਖਰੀ ਸਵਾਲ ਕੀ ਚੁਣੌਤੀਆਂ ਰਹਿੰਦੀਆਂ? ਤੁਸੀਂ 1989 'ਚ ਜਿਹੜੀ ਚੋਣ ਲੜੀ, ਵੱਡੀ ਜਿੱਤ ਤੁਹਾਡੀ ਰਹੀ, ਕੀ ਕੁਛ ਚੈਲੇਂਜਸ ਸੀ ਉਸ ਵਕਤ ਅਤੇ ਹੁਣ ਤੁਸੀਂ ਕੀ ਦੇਖਦੇ ਹੋ? ਜੇਲ੍ਹ ਦੇ ਵਿੱਚ ਬੈਠਿਆ ਮੈਂ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ, ਉਹ ਤਾਂ ਬਾਹਰ ਦੇ ਜਿਹੜੇ ਸਪੋਰਟਰਸ ਹੁੰਦੇ ਹੈ, ਫੈਮਿਲੀ ਹੁੰਦੀ ਹੈ, ਉਹ ਇਲੈਕਸ਼ਨ ਲੜਿਆ ਕਰਦੀ ਹੈ, ਜਿਹੜਾ ਅੰਦਰ ਹੁੰਦਾ ਜੇਲ੍ਹ 'ਚ ਉਹਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਅਤੇ ਅਸੀਂ ਅਗਰ ਲੋਕ ਤੁਹਾਨੂੰ ਸੁਣ ਰਹੇ ਨੇ ਸੰਗਰੂਰ ਦੇ ਅਲੱਗ ਅਲੱਗ ਹਲਕੇ ਨੇ, ਤੁਸੀਂ ਕਈ ਥਾਵਾਂ 'ਤੇ ਸ਼ਾਇਦ ਨਾ ਵੀ ਜਾ ਪਾਓ ਕਿਉਂਕਿ ਥੋੜ੍ਹਾ ਸਮਾਂ ਬਚਿਆ ਹੈ, ਤਾਂ ਤੁਸੀਂ ਕੀ ਲੋਕਾਂ ਨੂੰ ਦੱਸਣਾ ਚਾਹੋਗੇ ਕਿ ਸੰਗਰੂਰ ਦੇ ਕਿਹੜੇ ਮੁੱਦੇ ਤੁਸੀਂ ਇਹਨਾਂ 2 ਸਾਲਾਂ ਦੇ ਵਿੱਚ ਹੱਲ ਕਰਵਾਏ ਨੇ, ਅਤੇ ਅੱਗੇ ਤੁਸੀਂ ਉਹਨਾਂ ਨੂੰ ਕੀ ਭਰੋਸੇ ਦੇ ਰਹੇ ਹੋ, ਕਿਹੜੇ ਮੁੱਦਿਆਂ ਬਾਰੇ ਗੱਲ ਕਰ ਰਹੇ ਹੋ? ਨਹੀਂ ਮੇਰੇ ਲਈ ਟਾਈਮ ਥੋੜ੍ਹਾ ਥੋੜ੍ਹੀ ਹੈ, ਮੈਂ ਤਾਂ 2 ਮਹੀਨੇ ਦਾ ਲੱਗੇ, ਮੈਂ ਤਾਂ ਸਾਰਾ ਗਾਹ ਲਿਆ ਆਪਣਾ ਇਲਾਕਾ। ਅੱਛਾ ਚਲੋ, ਸੰਗਰੂਰ ਤੋਂ ਬਾਅਦ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਸੰਗਰੂਰ 'ਚ 2 ਸਾਲਾਂ 'ਚ ਤੁਸੀਂ ਕਿਹੜੇ ਕੰਮ ਕਰਵਾਏ ਨੇ ਉਹਨਾਂ ਬਾਰੇ ਥੋੜ੍ਹਾ ਦੱਸੋ, ਅਤੇ 5 ਸਾਲਾਂ ਦਾ ਤੁਹਾਡਾ ਕੀ ਪਲਾਨ ਹੈ? ਬਰਨਾਲੇ ਦੇ ਵਿੱਚ ਇੱਕ ਬਹੁਤ ਸੈਂਟਰ ਤੋਂ ਵੱਡਾ ਹੋਸਪਿਟਲ ਲੈ ਕੇ ਆਉਂਦਾ 56 ਕਰੋੜ ਰੁਪਏ ਦਾ, ਜਿੱਥੇ ਸਪੈਸ਼ਲਿਸਟ ਇਲਾਜ ਹੋਇਆ ਕਰੂਗਾ, ਜਿਹੜੇ ਹੋਸਪਿਟਲ 'ਚ ਇਲਾਜ ਕਿਸੇ ਮਰੀਜ਼ ਦਾ ਨਹੀਂ ਹੁੰਦਾ ਉਹ ਇੱਥੇ ਬਰਨਾਲੇ ਦੇ ਹੋਸਪਿਟਲ 'ਚ ਹੋਇਆ ਕਰੂਗਾ। ਫਿਰ 350 ਕਰੋੜ ਰੁਪਈਆ ਲਿਆਂਦਾ ਕਿ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਹੈਗੀਆਂ ਮੇਰੇ ਸੰਗਰੂਰ ਬਰਨਾਲੇ ਅਤੇ ਮਲੇਰਕੋਟਲੇ 'ਚ, ਉਹ ਕਿਸੇ ਦੀ ਛੱਤ ਦੇ ਉੱਤੋਂ ਨਹੀਂ ਜਾਣਗੀਆਂ,
ਕੋਈ ਫਲਕਚੁਏਸ਼ਨ ਆਫ ਕਰੰਟ ਨਹੀਂ ਹੋਊਗਾ, ਕੋਈ ਮੋਟਰ ਨਹੀਂ ਜਲੂਗੀ ਅਤੇ ਘਰ ਦੇ ਵਿੱਚ ਕੋਈ ਵੀ ਮਸ਼ੀਨ ਖਰਾਬ ਨਹੀਂ ਹੋਊਗੀ ਨਾ ਜਲੂਗੀ ਨਹੀਂ। ਸਾਰੀਆਂ ਕੱਚੀਆਂ ਸੜਕਾਂ ਬਣਵਾ ਤੀਆਂ ਜਿੰਨੀਆਂ ਰਹਿੰਦੀਆਂ ਸੀਗੀਆਂ। ਸਾਰੇ ਜਿੰਨੇ ਵੀ ਮੇਰੇ ਹਲਕੇ ਦੇ ਵਿੱਚ ਕੈਂਸਰ ਦੇ ਮਰੀਜ਼ ਹੈ ਉਹਨਾਂ ਨੂੰ 3.5-3 ਲੱਖ ਰੁਪਈਆ ਦਵਾ ਦਿੱਤਾ ਹੈਗਾ। ਸਾਰਿਆਂ ਦੇ ਗਊਸ਼ਾਲਾ ਨੂੰ ਗ੍ਰਾਂਟ ਦੇ ਤੇ ਹੈ, ਮੁਸਲਮਾਨਾਂ ਦੇ ਕਬਰਸਤਾਨਾਂ ਦੀ 4 ਦੀਵਾਰੀ ਕਰਾ ਤੀ ਹੈ, ਰੰਗਰੇਟੇ ਸਿੱਖਾਂ ਦੀਆਂ ਆਸ਼ਰਮਾਂ ਹੈਗੀਆਂ ਉਹਨਾਂ ਨੂੰ ਵੀ ਠੀਕ ਕਰਾਤਾ ਹੈ, ਵਧਾ ਵੀ ਦਿੱਤਾ ਹੈ। ਕੋਈ ਇਹੋ ਜਿਹਾ ਕੰਮ ਜਿਹੜੇ ਹੈਂਡੀਕੈਪਡ ਹੈ ਉਹਨਾਂ ਨੂੰ ਬਾਈਸਾਈਕਲ, ਮੋਟਰਾਂ ਵਾਲੇ, ਬੈਟਰੀ ਵਾਲੇ ਜਾਂ ਹੱਥ ਨਾਲ ਚਲਾਉਣ ਲਈ ਕੰਨਾਂ ਦੀਆਂ ਟੂਟੀਆਂ ਜਿਨ੍ਹਾਂ ਨੂੰ ਨਹੀਂ ਦਿਖਦਾ ਉਹਨਾਂ ਨੂੰ ਛੋਟੀਆਂ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਪਹਿਲਾਂ ਹੀ ਦੱਸ ਦੇਣਗੀਆਂ ਕਿ ਅੱਗੇ ਰਸਤਾ ਠੀਕ ਹੈ ਕਿ ਨਹੀਂ ਠੀਕ ਹੈ। ਸੋ ਮੇਰਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਕੀਤੀਆਂ, ਪਰ ਇਹ ਜਿਹੜਾ MPLAD ਫੰਡ ਬਣਾਇਆ ਸੈਂਟਰ ਨੇ, ਇਹ ਬਣਾਇਆ ਹੈਗਾ UP ਦੇ ਲੋਕਾਂ 'ਚ, ਉੜੀਸਾ ਦੇ, ਫਿਰ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਬੇਹੱਦ ਗਰੀਬੀ ਹੈ ਅਤੇ ਜਿੱਥੇ ਕੱਚੇ ਘਰ ਨੇ। ਇੱਥੇ ਸਾਡੇ ਪੰਜਾਬ ਦੇ ਵਿੱਚ ਕੱਚੇ ਘਰ ਨਹੀਂ ਮਿਲ ਰਹੇ, ਪਰ ਗਰੀਬਾਂ ਦੇ ਘਰ ਬਹੁਤ ਟੁੱਟੇ ਹੋਏ ਹੈ। ਅਤੇ ਮੈਂ ਸੁਝਾਅ ਦੇਣਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੇ ਗਰੀਬਾਂ ਦੇ ਘਰ ਟੁੱਟ ਗਏ ਹੈ ਉਹਨਾਂ ਨੂੰ ਬਣਾਉਣ ਦੀ ਇਜਾਜ਼ਤ ਦਿਓ। ਫਿਰ ਸਾਰੇ ਘਰਾਂ ਦੇ ਵਿੱਚ ਲੈਟਰੀਨਸ ਕਰਵਾ ਤੀਆਂ, ਨਲਕੇ ਲਵਾ ਦਿੱਤੇ ਹੈਗੇ ਹੈ, ਕੋਈ ਚੀਜ਼ ਜਿਹੜੀ ਹੋ ਸਕਦੀ ਸੀ ਉਹ ਕਰ ਦਿੱਤੀ ਹੈ। 20,000 ਰੁਪਈਆ ਅਸੀਂ ਦੇ ਸਕਦੇ ਹਾਂ ਜਿਹੜੇ ਰੈੱਡ ਕਾਰਡ ਵਾਲੇ ਹੈਗੇ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਦੁਰਘਟਨਾ ਵਾਪਰ ਜੇ, ਕੋਈ ਆਦਮੀ ਸਰੀਰ ਛੱਡ ਜਾਵੇ, ਉਹਦੇ ਲਈ 20,000 ਰੁਪਈਆ ਉਹਦੇ ਭੋਗ ਦੇ ਲਈ ਅਤੇ ਉਹਦੇ ਸੰਸਕਾਰ ਲਈ ਦੇ ਸਕਦੇ ਹਾਂ। ਪਰ ਇੰਨਾ 1.5 ਸਾਲ ਦੇ ਵਿੱਚ ਮੇਰੇ ਕੋਲ ਇਹ ਰਿਕੁਐਸਟ ਆਈ ਨਹੀਂ ਕਿ ਸਾਨੂੰ 20,000 ਰੁਪਈਆ ਚਾਹੀਦਾ। ਸੋ ਇਹ ਸਾਰਾ ਸਿਸਟਮ ਹੈਗਾ। ਫਿਰ ਇਹ ਸਾਰੀਆਂ ਜਿਹੜੀਆਂ ਬੀੜਾਂ ਹੈਗੀਆਂ ਉਹ ਦੇਖੀਆਂ ਹੈਗੀਆਂ, ਜਿਹੜੇ ਨਵੀਆਂ ਸੜਕਾਂ ਬਣ ਰਹੀਆਂ, ਫੋਰੈਸਟ ਡਿਪਾਰਟਮੈਂਟ ਨੂੰ ਕਿਹਾ ਇਹਨਾਂ ਦੇ ਨਾਲ ਨਾਲ ਰੁੱਖ ਲਾ ਦਿਓ। ਸੋ ਹੋਸਪਿਟਲ ਸਾਰੇ ਚੈੱਕ ਕਰ ਲਏ ਹੈ 9 ਦੇ 9, ਉਹਨਾਂ ਦੇ ਵਿੱਚ ਮਸ਼ੀਨਾਂ ਹੈ ਨਹੀਂ, ਡਾਕਟਰਾਂ ਦੀ ਕਮੀ ਹੈ। ਉਹ ਸੈਂਟਰ ਦੀ ਅਤੇ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ। ਮੈਂ ਇੱਥੇ ਤੱਕ ਵੀ ਕਿਹਾ ਕਿ ਸਾਡੇ ਚੀਫ ਮਿਨਿਸਟਰ ਸਾਹਿਬ ਸਾਡੇ ਸੰਗਰੂਰ ਦੇ ਤੋਂ ਹੈਗੇ ਹੈ, ਇਹਨਾਂ ਦੇ ਘਰ ਬੱਚਾ ਹੋਣਾ ਹੈ, ਅਤੇ ਜੇ ਇਹ ਸੰਗਰੂਰ ਦੇ ਦੌਰੇ 'ਤੇ ਆਉਣ ਅਤੇ ਇੱਥੇ ਬੱਚਾ ਹੋਣ ਲੱਗੇ ਤਾਂ ਸਾਡਾ ਨੱਕ ਤਾਂ ਵੱਢਿਆ ਜਾਊਗਾ MP ਦਾ, ਕਿਉਂ ਕਰਕੇ ਬੱਚਾ ਪੈਦਾ ਕਰਨ ਦੇ ਲਈ ਕੋਈ ਇੱਥੇ ਇੰਤਜ਼ਾਮ ਕਿਸੇ ਹੋਸਪਿਟਲ ਦੇ ਵਿੱਚ ਹੈ ਹੀ ਨਹੀਂ। ਚੀਫ ਮਿਨਿਸਟਰ ਸਾਹਿਬ ਨੂੰ ਸ਼ਰਮਿੰਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਉਹ ਸ਼ਰਮਿੰਦੇ ਵੀ ਨਹੀਂ ਹੁੰਦੇ। ਹੁਣ ਜਿਹੜਾ ਆਪਣਾ ਮਸਤਵਾਣਾ ਸਾਹਿਬ ਹੈ ਉੱਥੇ ਦੇ ਲਈ ਮੈਡੀਕਲ ਕਾਲਜ ਸੈਂਕਸ਼ਨ ਹੋ ਗਿਆ, ਅਤੇ ਕਮੇਟੀ ਮਸਤਵਾਣੇ ਨੇ ਮੈਨੂੰ ਲਿਖਤੀ ਤੌਰ 'ਤੇ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਨੂੰ ਕਹੋ ਕਿ ਹੁਣ ਇੱਥੇ ਕੰਮ ਸ਼ੁਰੂ ਹੋਏ। 2 ਮੈਂ ਚਿੱਠੀਆਂ ਚੀਫ ਮਿਨਿਸਟਰ ਸਾਹਿਬ ਨੂੰ ਲਿਖੀਆਂ, ਪਰ ਚੀਫ ਮਿਨਿਸਟਰ ਸਾਹਿਬ ਵੇਸਲੇ ਹੈ, ਉਹ ਆਪਣੇ ਹਲਕੇ ਦੇ ਵਿੱਚ ਆਈ ਹੋਈ ਚੀਜ਼
ਉਹ ਹੀ ਨਹੀਂ ਬਣਵਾਉਣਾ ਚਾਹੁੰਦੇ। ਹੁਣ ਦੱਸੋ ਕੀ ਕਰੀਏ, ਘੋੜੇ ਨੂੰ ਆਪਾਂ ਪਾਣੀ ਪਿਆਉਣ ਲਈ ਤਾਂ ਲੈ ਜਾਂਦੇ ਹਾਂ, ਪਰ ਕਹਾਵਤ ਹੈ ਜੇ ਘੋੜਾ ਪਾਣੀ ਪੀਊਗਾ, ਜੇ ਉਹਦੀ ਖਾਹਿਸ਼ ਹੋਊਗੀ ਤਾਂ ਹੀ ਪੀਊਗਾ, ਨਹੀਂ ਤਾਂ ਪੀਊਗਾ ਹੀ ਨਹੀਂ। ਅਤੇ ਜਦੋਂ ਇੱਥੇ ਰੋਡ ਸ਼ੋਅ ਤਾਂ ਕਰਨਗੇ, ਇੱਥੇ ਪ੍ਰਚਾਰ ਕਰਨ ਲਈ ਤਾਂ ਆਉਣਗੇ, ਤਾਂ ਫਿਰ ਮਿਲੋਗੇ ਉਹਨਾਂ ਨੂੰ? ਕਿਉਂਕਿ ਸੰਗਰੂਰ ਦੇ ਲੋਕਾਂ ਦੇ ਮੁੱਦੇ ਨੇ, ਤੁਸੀਂ ਸਾਂਸਦ ਹੋ ਅਤੇ ਅੱਗੇ ਵੀ ਤੁਸੀਂ ਖੁਆਹਿਸ਼ ਰੱਖਦੇ ਹੋ। ਮੈਨੂੰ ਮਿਲਣਾ ਚਾਹੀਦਾ, ਮੈਂ ਕਈ ਵਾਰੀ ਉਹਨਾਂ ਤੋਂ ਟਾਈਮ ਮੰਗਿਆ, ਪਰ ਉਹ ਆਪਣੇ ਮੈਂਬਰ ਪਾਰਲੀਮੈਂਟ ਨੂੰ ਮਿਲਦੇ ਨਹੀਂ ਹੈ। ਪਰ ਉਹ ਤਾਂ ਕਹਿੰਦੇ ਮੈਂ ਲੋਕਾਂ 'ਚੋਂ ਵੀ ਵਿਚਰਦਾ, ਅਤੇ ਤੁਸੀਂ ਤਾਂ ਇੱਕ ਸਾਂਸਦ ਹੋ, ਤੁਹਾਨੂੰ ਕਿਵੇਂ ਨਹੀਂ ਸਮਾਂ ਦੇਣਗੇ? ਤੁਸੀਂ ਚਿੱਠੀਆਂ ਲਿਖੀਆਂ ਉਹਨਾਂ ਨੂੰ ਜਾਂ ਵੈਸੇ ਮੁਲਾਕਾਤ ਦੇ ਲਈ ਕੋਈ ਮੈਸੇਜ ਭੇਜਿਆ ਉਹਨਾਂ ਦੇ ਦਫ਼ਤਰ? ਸਾਰਾ ਕੁਛ ਲਿਖਿਆ ਬੀਬੀ ਜੀ, ਪਰ ਜੇ ਤੁਸੀਂ ਨਹੀਂ ਮੈਨੂੰ ਮੰਨਣਾ ਤਾਂ ਨਾ ਮੰਨੋ। ਨਹੀਂ ਨਹੀਂ ਸਰ, ਮੈਂ ਤਾਂ ਪੁੱਛ ਨਹੀਂ। ਤੁਸੀਂ ਕਹਿੰਦੇ ਹੋ ਨਾ ਕਿ ਉਹ ਤਾਂ ਸਾਰੇ ਕਹਿੰਦੇ ਹੈ, ਮੇਰੇ ਵੱਲੋਂ ਕੋਈ ਨਹੀਂ ਦਾਅਵੇ ਦੀ ਗੱਲ ਹੁੰਦੀ ਸਰ, ਦਾਅਵਾ ਮੈਂ ਮੇਰੇ ਵੱਲੋਂ ਕੋਈ ਢਿੱਲ ਨਹੀਂ ਸੰਗਰੂਰ ਦੇ ਕੰਮਾਂ ਦੇ ਵਿੱਚ ਕਿਸੇ ਕੋਲ ਵੀ ਜਾਣ ਦੀ, ਅਤੇ ਮੈਂ ਮੰਗ ਵੀ ਕੀਤੀ ਹੈ, ਪਰ ਮੈਨੂੰ ਇੰਟਰਵਿਊ ਨਹੀਂ ਦਿੱਤੀ ਉਹਨਾਂ ਨੇ। ਉਹਨਾਂ ਨੇ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ। ਚੰਨੀ ਸਾਹਿਬ ਬਹੁਤ ਵਾਰੀ ਦਿੰਦੇ ਸੀਗੇ, ਉਹਨਾਂ ਦਾ ਮੈਂ ਸ਼ੁਕਰੀਆ ਕਰਦਾ, ਅਤੇ ਇਹ ਚੀਫ ਮਿਨਿਸਟਰ ਸਾਹਿਬ ਕਿਸੇ ਨੂੰ ਮਿਲਦੇ ਨਹੀਂ ਹੈ। ਅਤੇ ਜਿੱਤ ਰਹੇ ਹੋ ਸੰਗਰੂਰ? ਹਾਂਜੀ, ਜਿੱਤ ਰਹੇ ਹੋ ਤੁਸੀਂ ਸੰਗਰੂਰ? ਇਹ ਮੈਂ ਦਾਅਵਾ ਨਹੀਂ ਕਰਦਾ, ਤੁਸੀਂ ਕੋਰਸਪੋਂਡੈਂਟ ਹੋ, ਜਰਨਲਿਸਟ ਹੋ, ਤੁਸੀਂ ਲੋਕਾਂ ਨੂੰ ਦੱਸੋਗੇ, ਮੈਂ ਇਹਦਾ ਜਵਾਬ ਨਹੀਂ ਦਊਂਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਕਈ ਸਵਾਲ ਅਸੀਂ ਪੁੱਛੇ, ਵਾਹਿਗੁਰੂ ਜੀ ਕੀ ਫਤਿਹ। ਸੋ ਕਈ ਸਵਾਲ ਅਸੀਂ ਪੁੱਛੇ, ਕਈਆਂ ਦੇ ਜਵਾਬ ਦਿੱਤੇ, ਅਤੇ ਕਈਆਂ ਦੇ ਉਹ ਥੋੜ੍ਹਾ ਕਹਿ ਰਹੇ ਨੇ ਕਿ ਲੋਕ ਸੋਚਣ, ਤੁਸੀਂ ਫੈਸਲਾ ਕਰੋ। ਸੋ ਬਾਕੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਦੇਖਦੇ ਰਹੋ ਪੰਜਾਬ ਤੱਕ। ਕੈਮਰਾ ਪਰਸਨ ਕੋਇਲ ਦੇ ਨਾਲ ਮੈਂ ਅਰਸ਼ਦੀਪ ਕੌਰ, ਬਰਨਾਲਾ। ਤੁਸੀਂ ਵੀ ਦੱਸ ਸਕਦੇ ਹੋ ਲੋਕਾਂ ਨੂੰ।